ਮੇਨ ਕੁਐਸਚਨ ਇੱਕ ਜਿਹੜਾ ਫਸਟ ਟਾਈਮ ਹੋਮ ਬਾয়ার ਦਾ ਇਹ ਆ ਰਿਹਾ ਹਨਾ ਕਈ ਵਾਰੀ ਉਹ ਚ ਦੋ ਦੋ ਫੈਕਟਰ ਨੇ ਕਈ ਵਾਰ ਤਾਂ ਲੋਕਾਂ ਕੋਲ ਪੇਮੈਂਟ ਨਹੀਂ ਹੁੰਦੀ ਜਾਂ ਮਲ ਲਗੀ ਹਜੇ ਸਟੈਬਲਿਸ਼ ਨਹੀਂ ਹੋ ਜਾਂਦੇ ਵੀ ਉਹ ਨਹੀਂ ਪੇਮੈਂਟ ਕਰ ਸਕਦੇ ਘਰ ਦੀ ਹਨਾ ਸੋ ਪੀਪਲ ਥਿੰਕਸ ਅਬਾਊਟ ਅ ਪ੍ਰੀਸੇਲ ਹਨਾ ਜਿਹੜੇ ਅੱਜਕੱਲ ਕਾਫੀ ਮਲ ਲਗੀ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਪ੍ਰੀਸੇਲ ਸੋ ਇਹ ਤੁਸੀਂ ਰეკਮੈਂਡ ਕਰੋ ਤੁਸੀਂ ਦੱਸੋ ਮਾੜਾ ਜਾਂ ਲੋਕਾਂ ਨੂੰ ਹਨਾ ਵੀਰ ਨੂੰ ਦੱਸੋ ਵੀ ਪ੍ਰੀਸੇਲ ਲੈਣੀ ਜ਼ਰੂਰੀ ਆ ਕਾ ਕਿ ਆਪਣਾ ਟਾਊਨ ਹਾਊਸ ਜਾਂ ਕਿਤੇ ਕੌਂਡੋ ਦੇ ਵਿੱਚ ਇਨਵੈਸਟ ਕਰਨਾ ਵਧੀਆ ਰਹਿਣਾ ਹੈ ਇਸ ਟਾਈਮ ਪਹਿਲਾ ਜਿਹੜਾ ਮੈਂ ਤੁਹਾਨੂੰ ਐਕਸਪਲੇਨ ਕਰਨਾ ਚਾਹੁੰਦਾ ਜਿਆਦਾਤਰ ਜਿਹੜਾ ਪ੍ਰੀ ਸੇਲ ਦਾ ਕਨਸੈਪਟ ਆ ਉਹਦਾ ਮਤਲਬ ਇਹ ਹੈ ਤੁਸੀਂ ਅੱਜ ਇੱਕ ਡਿਪੋਜ਼ਿਟ ਦੇ ਕੇ ਜੋ ਵੀ ਉਹਦਾ ਡਿਪੋਜ਼ਿਟ ਸਟਰਕਚਰ ਆ ਚਾਹੇ 10% ਆ ਚਾਹੇ 20% ਆ ਉਹ ਤੁਸੀਂ ਡਿਪੋਜ਼ਿਟ ਦੇ ਕੇ ਤੇ ਤੁਹਾਨੂੰ ਮਾਰਗੇਜ ਦੀ ਵਰੀ ਕਰਨ ਦੀ ਲੋੜ ਨਹੀਂ ਅੰਟਿਲ ਜਿਹੜੀ ਕੀ ਉਹਦੀ ਪ੍ਰੋਪਰਟੀ ਦੀ ਕੰਪਲੀਸ਼ਨ ਨਹੀਂ ਹੁੰਦੀ ਠੀਕ ਹੈ ਉਹਦਾ ਹੁਣ ਉਹਦੇ ਰੀਜ਼ਨ ਕੀ ਹੋ ਸਕਦੇ ਵੀ ਤੁਸੀਂ ਕਿਉਂ ਮਾਰਗੇਜ ਨੂੰ ਡਿਫਰ ਕਰਨਾ ਚਾਹੁੰਦੇ ਹੋ ਜਾਂ ਕਿਉਂ ਤੁਸੀਂ ਮਾਰਗੇਜ ਨੂੰ ਪਿੱਛੇ ਅ 2-3 ਸਾਲ ਪਿੱਛੇ ਕਰਨਾ ਚਾਹੁੰਦੇ ਹੋ ਠੀਕ ਹੈ ਉਹਦਾ ਜੇ ਤਾਂ ਹੁਣ ਆਪਾਂ ਫਰਸਟ ਟਾਈਮ ਹੋਮ ਬਾਰ ਦੀ ਗੱਲ ਕਰੀਏ ਉਹਦੇ ਉਹਨਾਂ ਲਈ ਪ੍ਰੀ ਸੇਲ ਦੀ ਸੈਂਸ ਤਾਂ ਹੀ ਬਣਦੀ ਆ ਜੇ ਅੱਜ ਉਹ ਮਾਰਗੇਜ ਲਈ ਕੁਆਲੀਫਾਈ ਨਹੀਂ ਕਰਦੇ ਤੇ ਉਹਨਾਂ ਨੂੰ ਪਤਾ ਆਉਣ ਵਾਲੇ ਸਮੇਂ ਵਿੱਚ ਜਿਹੜੀ ਸਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹ ਬੈਟਰ ਹੋਣੀ ਆ ਸਾਡੀ ਕ੍ਰੈਡਿਟ ਹਿਸਟਰੀ ਸਟਰੋਂਗ ਹੋਣੀ ਆ ਤੇ ਸਾਡੀਆਂ ਸੇਵਿੰਗਸ ਵਧਣੀਆਂ ਆ ਜਾਂ ਸਾਡੇ ਪਰਿਵਾਰ ਚ ਮੈਂਬਰ ਹੋਰ ਐਡ ਹੋਣੇ ਸਾਡੀ ਫੈਮਿਲੀ ਇਨਕਮ ਵਧਣੀ ਆ ਉਹਦੇ ਨਾਲ ਸਾਡੀ ਜਿਹੜੀ ਆ ਫਾਈਨੈਂਸ਼ੀਅਲ ਸਿਚੁਏਸ਼ਨ ਸਟਰੋਂਗ ਹੋਊਗੀ ਤੇ ਆਪਾਂ ਤਾਂ ਪ੍ਰੀਸੈਰ ਲੈ ਸਕਦੇ ਆ ਪਰ ਜੇ ਉਹ ਉਹਨਾਂ ਦਾ ਹੀ ਸਵਾਲ ਇਹ ਜਵਾਬ ਦੇਣਾ ਪੈਂਦਾ ਆ ਕਿ ਜੇ ਅੱਜ ਉਹ ਮੌਰਗੇਜ ਲਈ ਕੁਆਲੀਫਾਈ ਕਰਨਾ ਚਾਹਣ ਤਾਂ ਅੱਜ ਉਹ ਮੌਰਗੇਜ ਲਈ ਕੁਆਲੀਫਾਈ ਹੋ ਜਾਣਗੇ ਜੇ ਉਹ ਮੌਰਗੇਜ ਲਈ ਕੁਆਲੀਫਾਈ ਹੋ ਜਾਣਗੇ ਤੇ ਉਹਨਾਂ ਕੋ ਹਲੇ ਕੋਈ ਘਰ ਹੈ ਨਹੀਂਗਾ ਦੈਨ ਦੇ ਸ਼ੁੱਡ ਬਾਏ ਅ ਹੋਮ